ਖਾਲਸਾ ਰਿਵਤੇ, ਮੈਂ ਦਲਬਾਜ ਸਿੰਘ ਬਾਘਾ, ਪਿੰਡ ਤਾਲਾ, ਜ਼ਿਲ੍ਹਾ ਪਟਿਆਲਾ ਦੇ ਰਹਿਣ ਵਾਲਾ ਹਾਂ। ਕਿਉਂਕਿ ਪਿਛਲੇ ਜਦੋਂ ਦਰਬਾਰ ਸਾਹਿਬ ਦੇ ਅਟੈਕ ਹੋਇਆ, ਉਦੋਂ ਪੁਲਿਸ ਦੀਆਂ ਅਤੇ ਗੌਰਮੈਂਟ ਦੀਆਂ ਵਧੀਕੀਆਂ ਤੋਂ ਘਰ ਛੱਡਣਾ ਪਿਆ। ਅਨੇਕਾਂ ਸਟੇਟਾਂ ਦੇ ਕੇਸ ਸਨ, ਉਹਦੇ ਵਿੱਚੋਂ 3 ਲਾਇਫ ਦੀ, ਮੈਨੂੰ 302 ਦੇ ਕੇਸਾਂ ਦੇ ਵਿੱਚ ਲਾਇਫ ਹੋ ਗਈ ਸੀ। 2 ਬਰੀ ਹੋ ਗਏ ਨੇ ਦਿੱਲੀ ਤੋਂ, 1 ਦੇ ਕੇਸ ਵਿੱਚ ਅਜੇ ਵੀ ਮੈਂ ਅੰਦਰ ਹਾਂ ਅਤੇ ਸਜ਼ਾ ਭੁਗਤ ਰਿਹਾ ਵਾਂ। ਉਹਦੇ ਵਿੱਚ ਸਾਡੀ ਜਿਹੜੀ ਸਹਿਯੋਗ ਦਿੰਦੇ ਨੇ, ਪਹਿਲਾਂ ਤਾਂ ਦਲਜੀਤ ਸਿੰਘ ਬਿੱਟੂ ਸੀ, ਉਹਨਾਂ ਨੇ ਸਾਡੇ ਕੇਸਾਂ ਦਾ ਜਿੰਨਾ ਵੀ ਕਰਦੇ ਰਹੇ ਨੇ। ਹੁਣ ਇੰਗਲੈਂਡ ਤੋਂ ਬਲਵੀਰ ਸਿੰਘ ਜੀ ਬੈਂਸ, ਉਹ ਸਾਡੇ ਮਗਰ ਪਰਿਵਾਰਾਂ ਦਾ ਵੀ ਕਰਦੇ ਨੇ, 5-5 ਹਜ਼ਾਰ ਰੁਪਈਆ ਦਿੰਦੇ ਨੇ, ਉਹਦੇ ਵਿੱਚ ਸਾਡੀ ਮੁਲਾਕਾਤ ਕਰ ਲੈਂਦੇ ਨੇ, ਜਾਂ ਬੱਚਿਆਂ ਦਾ, ਮਗਰ ਸਿੰਘਾਂ ਦੇ ਬੱਚਿਆਂ ਦਾ ਪੜ੍ਹਾਈ ਵੀ ਦਿੰਦੇ, ਸਾਰੇ ਸਿੰਘਾਂ ਦੀ ਕਰਦੇ ਨੇ ਉਹ। ਤਾਂ ਸਾਡੇ ਪਿੱਛੇ ਜਾ ਘਰ ਦੀ ਨੂੰ ਕੈਂਸਰ ਸੀ, ਉਹਦਾ ਆਪਰੇਸ਼ਨ ਕਰਾਇਆ, ਇਹਨਾਂ ਨੇ ਉੱਥੇ ਖਰਚਾ ਲਾਇਆ ਸਾਰਾ, ਤਾਂ ਅਸੀਂ ਇਹਨਾਂ ਦੇ ਧਮਾਦੀ ਹਾਂ ਬਹੁਤ ਜ਼ਿਆਦਾ। ਤਾਂ ਅਸੀਂ ਸਾਰੀ ਸਿੱਖ ਸੰਗਤ ਨੂੰ ਆਉਂਦੇ ਹਾਂ, ਆਪਾਂ ਅਪੀਲ ਕਰਦੇ ਹਾਂ ਵੀ ਇਹਨਾਂ ਦਾ ਵੱਧ ਤੋਂ ਵੱਧ ਕਰੋ, ਕਿਉਂਕਿ ਜੇ ਤੁਸੀਂ ਕਰੋਗੇ ਤਾਂ ਇਹ ਤਾਂ ਸਿੰਘਾਂ ਦੇ ਸਾਰੇ ਵਕੀਲਾਂ ਦਾ, ਸਾਰਿਆਂ ਦਾ ਦੇਣਗੇ, ਕਰੀ ਜਾਣਗੇ, ਅਤੇ ਬਾਹਰ ਜਿਹੜੀ ਇਹਨਾਂ ਦੀ ਸੰਸਥਾ ਬਣੀ ਹੈ, ਵੱਧ ਤੋਂ ਵੱਧ ਉਹਨਾਂ ਦਾ ਮਦਦ ਕਰੋ, ਸਾਰੇ ਸਹਿਯੋਗ ਦਿਓ, ਅਤੇ ਕਿਉਂਕਿ ਹੋਰ ਵੀ ਜੇ ਵੱਧ ਤੋਂ ਵੱਧ ਕਰਨਗੇ, ਸਾਰੇ ਸਿੰਘਾਂ ਦਾ ਕਰਨਗੇ, ਹੋਰ ਵੀ ਕਰਦੇ ਵੀ ਨੇ ਕਰਨਗੇ, ਕਿ ਵੈਰ ਖਾਲਸਾ ਜੀ ਫਤਿਹ। ਠੀਕ ਹੈ।